ਵਾਹਿਗੁਰੂ 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 ਚਾਚਾ ਤੇਰਾ ਕਿਤੇ ਤੈਨੂੰ ਵੇਚ ਦੇ ਲੱਗਾ ਵਾ ਅਗੇ ਤਾਂ ਵੇਚਿਆ ਚਾਚੇ ਨੇ ਕਹਿੰਦੇ ਜੀ ਜਾਨ ਪਾ ਦੇ ਨਾ ਚੱਕਰ ਬਣਾ ਦੇ ਮੈਂ ਰਾਤ ਦੇ ਫੋਟੋ ਚੁੰਮਦੀ ਰਹਿੰਦੀ ਹਾਂ ਹਾਂਜੀ ਇਹ ਲਾਪਤਾ ਕਿਵੇਂ ਹੋ ਗਏ ਤੁਸੀਂ ਇਹ ਬੱਚਾ ਇਹ ਲਾਪਤਾ ਕਿਵੇਂ ਹੋ ਗਿਆ ਤੀ ਜੀ ਘਰੋਂ ਇਹ ਪੁੱਤ ਮੈਂ ਆਈ ਚਰਚ ਜੀ ਇਹਦੀ ਜਿਹੜੀ ਬਾਂਹ ਨਾ ਬਾਂਹ ਪੈ ਪਿਆ ਨਾ ਜੀ ਦੇਖਿਆ ਕੋਟੇ ਦੇ ਪੁੱਤ ਜੀ ਪੌੜੀ ਲੱਕੜ ਦੀ ਅੱਛਾ ਜੀ ਪਿਓ ਦਾ ਮਰ ਗਿਆ 8 ਮਹੀਨੇ ਦਾ ਹੀ ਅੱਛਾ ਜੀ ਇਹਦਾ ਚਾਚੇ ਨੇ ਪਾਲਿਆ ਮਾਂ ਬਾਪ ਦੀ ਮੌਤ ਹੋ ਗਈ ਮੌਤ ਹੋ ਗਈ ਅੱਛਾ ਜੀ ਪਿਓ ਵੀ ਮਰ ਗਿਆ ਮਾਂ ਹੀ ਮਰ ਗਈ ਪੁੱਤ ਅੱਛਾ ਜੀ ਦੋ ਭਰਾਵਾ ਹਨ ਅੱਛਾ ਜੀ ਇਹਦੀ ਚਾਚੀ ਨੇ ਆਪਣਾ ਟੱਪਾ ਟੋ ਛੱਡਿਆ ਨਾ ਬੱਚਿਆਂ ਮਾਰਿਆ ਵੀ ਮੈਂ ਭਰਾ ਦੇ ਬੱਚਿਆਂ ਨੂੰ ਛੱਡ ਸਕਦਾ ਤੇ ਆਪਣੇ ਪਾਪਾ ਛੱਡ ਦਾ ਅੱਛਾ ਜੀ ਤੁਸੀਂ ਕਿੱਥੋਂ ਕਿੱਥੇ ਲੱਭਿਆ ਫਿਰ ਜੀ ਬੱਚਾ ਤੁਹਾਡਾ ਅਸੀਂ ਪੁੱਤ ਮੈਂ ਸੰਗਤ ਜੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਟਾਲੇ ਤੋਂ ਆਏ ਹੋ ਨਾ ਹਾਂਜੀ ਸੰਗਤ ਜੀ ਬੇਬੇ ਜੀ ਨਾ ਤੁਰਨ ਥੋੜ੍ਹਾ ਔਖਾ ਸਕਦੇ ਨੇ ਤਾਂ ਹੀ ਅਸੀਂ ਵਾਸ਼ਰੂਮ ਦੇ ਕੋਲ ਇਹਨਾਂ ਦਾ ਮੰਜਾ ਲਾਇਆ ਜੀ ਇਹਨਾਂ ਦਾ ਬੱਚਾ ਲਾਪਤਾ ਸੀਗਾ ਜੀ ਕਈ ਮਹੀਨਿਆਂ ਤੋਂ ਅਸਲ ਹੁੰਦਾ ਕੀ ਆ ਬੱਚੇ ਨੂੰ ਦਿਮਾਗੀ ਥੋੜ੍ਹੀ ਜੀ ਥੋੜ੍ਹਾ ਤੁਰਨ ਦੇ ਵਿੱਚ ਦਿੱਕਤ ਆਉਂਦੀ ਆ ਹੱਥ ਦੇ ਵਿੱਚ ਪ੍ਰੋਬਲਮ ਆ ਜੀ ਅਤੇ ਉਹ ਇਹਨਾਂ ਦਾ ਬੱਚਾ ਆਪਾਂ ਨੇ ਲੱਭ ਕੇ ਦਿੱਤਾ ਜੀ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਮਹਾਰਾਜ ਨੇ ਆਪਣੇ 'ਤੇ ਇਹੋ ਜਿਹੀ ਦਇਆ ਕੀਤੀ ਮਹਾਰਾਜ ਨੇ ਇਹ ਕਾਰਜ ਕਰਾਏ ਨੇ ਬੇਬੇ ਜੀ ਤੋਂ ਪਹਿਲਾਂ ਪੁੱਛਦੇ ਹਾਂ ਬੇਬੇ ਜੀ ਇਹ ਕੀ ਹੋਇਆ ਜੀ ਇਹਦੇ ਮਾਂ ਬਾਪ ਨੂੰ ਕੀ ਹੋ ਗਿਆ ਤੀ ਕਦੋਂ ਦੀ ਮੌਤ ਹੋਈ ਵੀ ਹੈ ਜੀ ਟੈਕ ਹੋ ਗਿਆ ਅੱਛਾ ਜੀ ਟੈਕ ਹੋ ਗਿਆ ਜੀ ਇਹ 8 ਮਹੀਨਿਆਂ ਦਾ ਬੱਚਾ ਸੀ ਅੱਛਾ ਜੀ ਜਿਹੜਾ ਦੂਜਾ ਭਰਾ 2.5 ਸਾਲਾਂ ਦਾ ਡੇਢਦਾ ਸੀ ਠੀਕ ਹੈ ਜੀ ਤੇ ਇਹ ਫਿਰ ਕੀ ਕਰਨਾ ਸੀ ਮਾਂ ਨੇ ਮਾਂ ਤੁਸੀਂ ਦਾਦੀ ਜੀ ਲੱਗੇ ਮੈਂ ਦਾਦੀ ਪੁੱਤ ਤੇ ਮਾਂ ਨੇ ਬੱਚਾ ਸੁੱਟਦਾ ਗਈ ਮਾਂ ਨੇ ਸੁੱਟ ਕੇ ਮੇਰੇ ਗਾੜੀ ਵੀ ਮੈਂ ਨਹੀਂ ਸਾਹਮਣੇ ਅਜੇਪਾਲ ਠੀਕ ਹੈ ਜੀ ਗੁਰਬਾਣੀ ਕਿੱਥੋਂ ਇਹਦੇ ਯਾਦ ਕਰੀ ਗੁਰਬਾਣੀ ਯਾਦ ਕਰੀ ਪਿਆ ਬੱਚੇ ਦੇ ਪੜ੍ਹਦਾ ਵਾ ਇਹ ਪਾਠ ਵੀ ਕਰਦਾ ਬਾਬਾ ਜੀ ਹੁਣ ਜੇ ਬੱਚਾ ਨਾ ਲੱਭਦਾ ਜੀ ਤੁਸੀਂ ਕੀ ਕਰਦੇ ਮਰ ਜਾਣਾ ਮੈਂ ਪੁੱਤ ਤੁਸੀਂ ਸਾਰੇ ਕਿਤੇ ਬੇਬੇ ਜੀ ਕਿੱਥੇ ਕਿੱਥੇ ਲੱਭੇ ਜੀ ਅਸੀਂ ਤਾਂ ਜ਼ਿਲ੍ਹਾ ਨਹੀਂ ਕੁਛ ਛੱਡਿਆ ਵੀਰ ਜੀ ਨਾ ਗੁਰਦਾਸਪੁਰ ਧਾਰੀਵਾਲ ਪਠਾਨਕੋਟ ਇੱਧਰ ਬਾਬਾ ਹੁਣ ਜੇ ਸਾਡੇ ਕੋਲ ਨਾ ਹੋਵੇ ਬੱਚਾ ਫੇਰ ਜੀ ਤੁਹਾਡੇ ਕੋਲ ਬਾਬਾ ਜੀ ਹੈ ਜੀ ਤੁਹਾਡੇ ਕੋਲ ਮੇਰਾ ਤਾਂ ਪੁੱਤ ਹੈ ਠੀਕ ਹੈ ਤੁਹਾਡੇ ਕੋਲ ਠੀਕ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਮੈਨੂੰ ਇਤਨਾ ਪਤਾ ਲੱਗਾ ਵੀ ਕੋਈ ਇੱਥੇ ਤੁਹਾਡੇ ਮੁੰਡਾ ਸੀ ਉਹਨੇ ਇਹਦੀ ਵੀਡੀਓ ਵਿਖਾਈ ਸਾਨੂੰ ਠੀਕ ਹੈ ਆਉਂਦਾ ਆਹ ਵੀਡੀਓ ਮੈਂ ਵੀ ਵੇਖੀ ਆ ਅਤੇ ਬੱਚਾ ਤੁਹਾਡਾ ਉੱਥੇ ਚੱਲੋ ਉੱਥੇ ਲਓ ਜਾ ਕੇ ਠੀਕ ਹੈ ਜੀ ਉਹਨੇ ਸਾਨੂੰ ਘੱਲਿਆ ਸਾਨੂੰ ਪਤਾ ਫਿਰ ਵੀ ਨਾ ਸਵੇਰ ਦੇ 5 ਵਜੇ ਤੋਂ ਉੱਠੇ ਸਾਂ ਸਾਹਿਬ ਲਾ ਲਾ ਤੁਸੀਂ ਮੰਨਿਓ ਇਸ ਵਕਤ ਇਹਨਾਂ ਦੀ ਚੰਗੀ ਗਾੜੀ ਮੈਂ ਬਾਬਾ ਜੀ ਮਾਂ ਆਪਣੀ ਨੇ ਖੇਡਦਾ ਹੁੰਦਾ ਪਿੱਛੇ ਨਾਲ ਕਿਉਂ ਮੈਂ ਆਪਣੀ ਮਾਂ ਨੇ ਬਾਬਾ ਜੀ ਖੇਡਦਾ ਹੁੰਦਾ ਤੇ ਵੀ ਤੂੰ ਕਿਉਂ ਮੁੰਡੇ ਨੂੰ ਖੜਿਆ ਤੇ ਕਿਉਂ ਮੁੰਡਾ ਨੱਤ ਰਿਹਾ ਤੂੰ ਸੁੱਟਿਆ ਤੂੰ ਕਿਉਂ ਨਾਲ ਮੁੰਡੇ ਨੂੰ ਘਰੋਂ ਲੈ ਗਈ ਤੇ ਮੁੰਡੇ ਨੂੰ ਘਰ ਰੱਖਿਆ ਕਰ ਕਿਉਂ ਮੁੰਡੇ ਨਾਲ ਲੈ ਗਈ ਉਹ ਦਿਨ ਦਾ ਬਾਬਾ ਜੀ ਮੈਂ ਡਿਆ ਨਾ ਕਿੱਥੇ ਕਿੱਥੇ ਤੁਸੀਂ ਫਿਰ ਉੱਧਰ ਇਲਾਕੇ 'ਚ ਲੱਭਦੇ ਤੇ ਹਾਂਜੀ ਇੱਧਰ ਆ ਜਾਓ ਚਾਹੇ ਉਹਨਾਂ ਨੂੰ ਇੱਥੇ ਲਵੀ ਹੋ ਜਾਓ ਇੱਕ ਨੇ ਹੋ ਜਾਓ ਉੱਧਰ ਕਿੱਥੇ ਲੱਭ ਰਹੇ ਬਾਬਾ ਜੀ ਕੋਈ ਇਲਾਕਾ ਨਹੀਂ ਛੱਡਿਆ ਮੈਂ ਛੱਡਿਆ ਅੱਛਾ ਗੁਰਦਾਸਪੁਰਾ ਡੇਰਾ ਬਾਬਾ ਨਾਨਕ ਜਨਾਲਾ ਇਹ ਆ ਤਾਂ ਪਠਾਨਕੋਟ ਧਾਰੀਵਾਲ ਗੁਰਦਾਸਪੁਰ ਤੇ ਤਰਨ ਤਰਨ ਗੋਂਦਵਾਲ ਸਾਹਿਬ ਵੱਲ ਹਾਂਜੀ
ਤੁਹਾਨੂੰ ਸਾਡੇ ਬਾਰੇ ਪਹਿਲੀ ਵਾਰੀ ਕਿਹਨੇ ਦੱਸਿਆ ਸੀ ਵੀ ਬਾਬਾ ਜੀ ਕਿਸੇ ਮੁੰਡੇ ਨੇ ਘੁਮਾਉਣਾ ਤਾਂ ਬਾਬਾ ਜੀ ਮੁੰਡਾ ਸੀ ਕੋਈ ਉਹਨੇ ਹਾਂਜੀ ਬਾਬਾ ਦੱਸ ਪਾਈ ਬਾਬਾ ਜੀ ਅਸਲ ਨਾ ਜੀ ਇਹ ਬੱਚਾ ਸਾਡੇ ਕੋਲੇ ਆ ਜੀ ਇਸ ਵਕਤ ਵੀ ਅਸੀਂ ਬੇਬੇ ਜੀ ਨੂੰ ਮਿਲਾਵਾਂਗੇ ਜੀ ਅਸਲ ਬੇਬੇ ਜੀ ਦਾ ਦਿਲ ਤੜਫ ਰਿਹਾ ਵੀ ਬੱਚੇ ਨੂੰ ਜਲਦੀ ਦੇਖਣ ਇਹ ਦਾਦੀ ਜੀ ਨੇ ਦਾਦੀ ਨੇ ਬੱਚਾ ਪਾਲਿਆ ਸਾਨੂੰ ਰਾਤ ਨੂੰ ਬਹੁਤ ਲਾਵਾਰਸ ਹਾਲਾਤਾਂ 'ਚ ਸੰਗਤ ਨੂੰ ਮਿਲਿਆ ਸੀ ਉਹ ਵੀਰ ਛੱਡ ਕੇ ਗਏ ਸੀ ਸਾਡੇ ਕੋਲ ਰਾਤ ਨੂੰ ਜਦੋਂ ਸਾਨੂੰ ਪਤਾ ਲੱਗਿਆ ਵੀ ਬੱਚਾ ਇਸ ਪ੍ਰੋਬਲਮ 'ਚ ਆ ਤਾਂ ਅਸੀਂ ਉਹਨੂੰ ਫਿਰ ਉਰੇ ਬੁਲਾਇਆ ਜੀ ਸਾਡੇ ਬਹੁਤ ਹੀ ਪਿਆਰੇ ਦੋਸਤ ਜਿਹੜੇ ਭਰਾ ਛੱਡ ਕੇ ਗਏ ਨੇ ਉਸ ਤੋਂ ਅੱਗੇ ਨਾ ਜੀ ਬੇਬੇ ਜੀ ਨੂੰ ਨਾ ਜੀ ਇਹਨਾਂ ਨੇ ਤਾਂ ਨਾ ਕੋਈ ਮੁੰਡਾ ਮਿਲ ਗਿਆ ਰਸਤੇ 'ਚ ਉਹਨਾਂ ਨੇ ਕਹਿਤਾ ਵੀ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ 'ਚ ਘਾਸ਼ਰਮ ਆ ਵੀ ਤੁਸੀਂ ਉਹਨਾਂ ਨੂੰ ਇਹਦੀ ਦੱਸ ਪਾਓ ਬੱਚੇ ਦੀ ਵੀ ਉਹ ਲੱਭ ਕੇ ਦੇਣਗੇ ਜਦੋਂ ਸਾਨੂੰ ਉਹਨਾਂ ਨੇ ਫੋਟੋ ਭੇਜੀ ਤਾਂ ਅਸੀਂ ਉਹਨੂੰ 5 ਮਿੰਟ ਬਾਅਦ ਫੋਨ ਕੀਤਾ ਵੀ ਬੱਚਾ ਤਾਂ ਸਾਡੇ ਕੋਲ ਆ ਉਹ ਕਹਿੰਦਾ ਬਾਬਾ ਜੀ ਤੁਸੀਂ ਐਵੇਂ ਕਿਵੇਂ ਲੱਭਤਾ ਇੱਕੋ ਲਖਤ ਮੈਂ ਕਿ ਸਾਡੇ ਕੋਲ ਆ ਮਤਲਬ ਉਸ ਤੋਂ ਬਾਅਦ ਫਿਰ ਬੇਬੇ ਜੀ ਉਹਨਾਂ ਨਾਲ ਸਾਡੀ ਗੱਲ ਹੁੰਦੀ ਆ ਬੇਬੇ ਜੀ ਮਿਲਾਈਏ ਜੀ ਫਿਰ ਲਿਆ ਪੁੱਤ ਲਿਆ ਮੇਰਾ ਪੁੱਤ ਬਣ ਕੇ ਲਿਆ ਮੈਨੂੰ ਮੁੰਡਾ ਤੇ ਵੀ ਜਦੋਂ ਮਰ ਚੱਲਿਆ ਮੈਂ ਉਰੀ ਉਰੀ ਬੁਲਾ ਦਾਨਾ ਫਿਰ ਹੈ ਨਾ ਤੁਸੀਂ ਤੁਰਨ ਦੀ ਪ੍ਰੋਬਲਮ ਆ ਥੋੜੀ ਜੀ ਵਾਹਿਗੁਰੂ ਅਜੇ ਪਾ ਲੈ ਠੀਕ ਆ ਪੁੱਤ ਮਿਲੋ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਹਾਂਜੀ ਮਿਲੋ ਮਿਲੋ ਬੀਬੀ ਨੂੰ ਮਿਲੋ 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 ਬੀਬੀ ਨੂੰ ਚਾਚਾ ਤੇਰਾ ਕਿਤੇ ਤੈਨੂੰ ਵੇਚਦੇ ਲੱਗਾ ਵਾ ਅੱਗੇ ਤਾਂ ਵੇਚਿਆ ਚਾਚੇ ਨੇ ਨਾ ਵੇਚਿਆ ਮਰਦਾ ਚਾਚਾ ਤੌਰ ਤੇ ਪੁੱਤ ਆਪਣਾ ਟੱਬਰ ਟੋਰ ਚੱਲਿਆ ਉਰੇ ਆ ਪੁੱਤ ਖੜਾ ਹੋ ਜਾ ਖੜਾ ਉੱਧਰ ਨੂੰ ਮੂੰਹ ਕਰ ਲੈ ਪੁੱਤ ਮੈਨੂੰ ਇਹ ਦੱਸ ਪੁੱਤ ਤੂੰ ਉੱਥੇ ਵਿਛੜ ਕਿਵੇਂ ਗਿਆ ਸੀਗਾ ਅੰਕਲ ਜੀ ਉੱਥੇ ਕੋਈ ਕਹਿਣ ਲੱਗਾ ਸੀ ਤੇ ਦੱਸ 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 ਕੀ ਕਹਿੰਦਾ ਆਉਂਦਾ ਸੀ ਵੀ ਦਾਦੀ ਤੇ ਤੇਰੀ ਚੱਲ ਗਈ ਆ ਹਾਂ ਮਤਲਬ ਘਰ ਨੂੰ ਤੇ ਦਾਦੀ ਨੂੰ ਪਤਾ ਸੀ ਦੁਪਹਿਰ ਕੇ ਠੰਡਾ ਪਿਆ ਆ ਬੋਦਲ ਦੇ ਦਾਦੀ ਤੇ ਉੱਥੇ ਮਿੱਟੀ ਮਰੀ ਸੀ ਤੇ ਕਾਲੀ ਫਿਰ ਤੇਰੇ ਫਿਰ ਤੂੰ ਦਾਦੀ ਲੱਭੀ ਨਹੀਂ ਦਾਦੀ ਤੇਨੇ ਕੰਮ ਤੋਂ ਆਇਆ ਕਹਿੰਦਾ ਵੀ ਅਜੇ ਪਾਰ ਕਿਤੇ ਆ ਕੇ ਦਾਤਾ ਵੀ ਇਹ ਅਜੇ ਪਾਰ ਤੇ ਗਵਾ ਦੀ ਆ ਕੁੜੀ ਜਿਹੜੀ ਇੰਨੀ ਕਿੰਨੀ ਬੁੱਢੇ ਨਾਲ ਤੁਰੀ ਫਿਰਨੀ ਨਹੀਂ ਪੁੱਤ ਵੇ ਉਹਨੇ ਦੱਸਿਆ ਤੇ ਇਹਦਾ ਕਮਲਾ ਹੋ ਗਿਆ ਉਸੇ ਵੇ ਤੈਂ ਜਦੋਂ ਤੈਨੂੰ ਕਿਸੇ ਨੇ ਕਹਿਤਾ ਦਾਦੀ ਬਾਗੀ ਤੈਂ ਫਿਰ ਦਾਦੀ ਨੂੰ ਲੱਭਿਆ ਨਹੀਂ ਦਾਦੀ ਅਜੇ ਪਾਰ ਨਹੀਂ ਲੱਭਿਆ ਫਿਰ ਤੂੰ ਉੱਥੋਂ ਕਿੱਧਰ ਵਗ ਗਿਆ ਦੀ ਉਹਦੇ ਕੋਲ ਬੀਬੀ ਜੀ ਜਿਹੜੇ ਅੱਗੇ ਨੀ ਮੈਨੂੰ ਲੈ ਕੇ ਗਏ ਸੀ ਹਾਂ ਜਿਹੜੇ ਮੈਨੂੰ ਜਿਨ੍ਹਾਂ ਨੇ ਅੱਗੇ ਕਢਾਇਆ ਸੀ ਮੈਨੂੰ ਦਾਣੇ ਹੁਣਾਂ ਨੇ ਉਹਨਾਂ ਉਹ ਵਿੱਚ ਗੱਡੀ ਦੇ ਸੀ ਕੌਣ ਸੀ ਜੀ ਪਟਿਆਲੇ ਇੰਨੀ ਦੂਰ ਕਿਵੇਂ ਪਹੁੰਚ ਗਿਆ ਤੂੰ ਉਰੇ ਕਿਵੇਂ ਆਇਆ ਪੁੱਤ ਬੱਸ ਚ ਆਇਆ ਕਾਹਦੇ ਚ ਆਇਆ ਉਹਨਾਂ ਗੱਡੀਆਂ ਨੇ ਪਹੁੰਚਾਇਆ
ਹਾਂ ਰਾਣੇ ਨੇ ਉਹਨਾਂ ਨੂੰ ਸਮਝਾਤਾ ਸੀ ਬੱਸ ਸਟੈਂਡ ਖੜ ਕੇ ਹਾਂ ਵੀ ਇਹ ਤੇ ਇੱਥੇ ਪੈਂਦੇ ਆ ਇਹਨੂੰ ਘਲਾ ਦਿਓ ਫਿਰ ਤੇ ਤੂੰ ਆਖਣਾ ਮੈਂ ਆਪਣੀ ਮਾਂ ਨਾਲ ਮੈਂ ਦੱਸਿਆ ਤੂੰ ਮੈਨੂੰ ਕਹਿੰਦਾ ਸੀ ਮਾਤਾ ਅੱਗੇ ਮੁੰਡਾ ਲੱਭ ਗਾ ਮੈਂ ਮੈਂ ਲੱਭ ਕੇ ਚੱਲੂ ਤੈਨੂੰ ਮੁੰਡਾ ਲੱਭਣਾ ਹੀ ਕਹਿੰਦਾ ਨਹੀਂ ਫਿਰ ਤੂੰ ਤੂੰ ਆਪਦੇ ਘਰੇ ਜਾਂਦਾ ਪੁੱਤ ਤੂੰ ਉਰੇ ਬਟਾਲੇ ਤੂੰ ਪਟਿਆਲੇ ਕਿਵੇਂ ਆ ਗਿਆ 200 ਕਿਲੋਮੀਟਰ ਹਾਂ ਅਜੇ ਹੈ ਪੁੱਤ ਵੀ ਜੀ ਉਹਨੇ ਪਤਾ ਕੀ ਕੀਤਾ ਉਹ ਉਹਨੇ ਉਹ ਕੋਲੀ ਪਿੰਡ ਤੋਂ ਉਦਣ ਛੱਡ ਕੇ ਨਹੀਂ ਗਏ ਉਹ ਉਹਨੇ ਕੋਲੀ ਪਿੰਡ ਤੱਕ ਕਹਿਤਾ ਸੀ ਵੀ ਘਲਾ ਦਿਓ ਉਹਨੂੰ ਨਹੀਂ ਨਹੀਂ ਕਿਸੇ ਨੇ ਨਹੀਂ ਕਿਹਾ ਗਲਤ ਗੱਲ ਕਰ ਰਹੇ ਉਹ ਕੋਈ ਹੋਰ ਜਿਹਦਾ ਨਾਮ ਲੈਂਦਾ ਉਹ ਬਟਾਲਾ ਇਹ ਪਟਿਆਲਾ ਇਹ ਤਾਂ ਸਾਡੇ ਉਰੇ ਕੌਲੀ ਪਿੰਡ ਪਹੁੰਚ ਗਏ ਤੇ ਰਾਤ ਨੂੰ ਸਾਨੂੰ 12 ਵਜੇ ਮੁੰਡੇ ਛੱਡ ਕੇ ਗਏ ਉਰੇ ਉਹ ਪੁੱਤ ਇੱਦਾਂ ਨਹੀਂ ਮੇਰੀ ਗੱਲ ਸੁਣ ਜਦੋਂ ਤੈਨੂੰ ਪੁੱਤ ਤੈਨੂੰ ਦਾਦੀ ਬਾਜ਼ਾਰ ਲੈ ਕੇ ਆਈ ਸੀ ਐਂ ਨਹੀਂ ਨਾ ਪਰੇ ਹੋਇਆ ਕਰਦੇ ਤੂੰ ਵਿਛੜ ਗਿਆ ਕਿਤੇ ਉਰਾ ਪਰ ਤੂੰ ਪਟਿਆਲੇ ਕਿਵੇਂ ਪਹੁੰਚਿਆ ਕਿਹੜੇ ਸਾਧਨ 'ਤੇ ਆਇਆ ਤੀ ਸਾਧਨ ਕਿਸੇ 'ਤੇ ਨਹੀਂ ਆਇਆ ਉਹ ਗੱਡੀ ਵਾਲੇ ਕੌਲੀ ਪਿੰਡ ਛੱਡ ਗਏ ਸੀ ਹੁਣ ਕਿਹੜਾ ਬੰਦਾ ਕੀ ਸੋਚਦਾ ਜੀ ਕਿਸ ਅਸੀਂ ਨਾ ਬੰਧੂਆਂ ਮਜ਼ਦੂਰ ਵਾਲੀ ਜਿਹੜੀ ਗੱਲ ਹੈ ਜੀ ਕਈ ਵਾਰੀ ਇੱਦਾਂ ਸੋਚਦੇ ਮਾਲਕ ਸਾਡੇ ਤੁਰੇ ਫਿਰਦੇ ਨੇ ਕੋਈ ਕਿਤੋਂ ਦਾ ਇਨਸਾਨ ਆ ਕੋਈ ਕਿਤੋਂ ਦਾ ਕੋਈ ਯੂਪੀ ਦਾ ਕੋਈ ਐਮ ਪੀ ਦਾ ਕਿਤੇ ਨਾ ਕਿਤੇ ਬੱਚਿਆਂ ਨੂੰ ਚੱਕਦੇ ਫਿਰਦੇ ਨੇ ਜੀ ਉਹ ਫਿਰ ਕਿਤੇ ਨਾ ਕਿਤੇ ਤਸ਼ੱਦਤ ਹੁੰਦੀ ਆ ਜਦੋਂ ਇੱਦਾਂ ਦੇ ਬੱਚੇ ਜਿਹੜੇ ਅਪਾਹਜ ਹੁੰਦੇ ਨੇ ਉਹਨੂੰ ਛੱਡ ਵੀ ਦਿੰਦੇ ਨੇ ਜਿਹੜੇ ਲੱਤਾਂ ਪੈਰਾਂ ਤੋਂ ਸਲਾਮਤ ਹੁੰਦੇ ਨੇ ਉਹਨੂੰ ਫੜ ਲੈਂਦੇ ਨੇ ਜੀ ਉਹ ਫਿਰ ਬਹਿ ਜਾ ਵੀਰੇ ਬਹਿ ਜਾ ਬਹਿ ਜਾ ਬਹਿ ਜਾ ਅਜੇ ਮੈਨੂੰ ਇੰਨਾ ਪਤਾ ਲੱਗਿਆ ਤੈਨੂੰ ਗੁਰਬਾਣੀ ਵੀ ਯਾਦ ਆ ਹੈ ਹਾਂਜੀ ਵਿੱਚ ਤੂੰ ਕੱਲ੍ਹ ਸਿਮਰਨ ਕਰਾ ਰਿਹਾ ਸੀ ਸੰਗਤ ਨੂੰ ਹਾਂਜੀ ਵਿੱਚ ਕਿਹੜੀ ਗੁਰਬਾਣੀ ਯਾਦ ਆ ਜਪਜੀ ਸਾਹਿਬ ਦੇ ਸੁਣਾਈ ਬਾਜੋ ਵਿੱਚ ਮੈਂ ਕੋਈ ਨਾ ਇੱਥੇ ਬੈਠ ਇੱਥੇ ਕੱਢ ਦੇਣਾ ਸੁਣਾਈ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਲ ਅਕਾਲ ਮੂਰਤਿ ਅਜੂਨੀ ਸਾਭੰ ਗੁਰੂ ਪ੍ਰਸਾਦ ਜਪ ਆਦਿ ਸੱਚ ਜਗਾਤ ਸੱਚ ਹੈਪੀ ਸੱਚ ਨਾਨਕ ਹੱਸੀ ਪੀ ਸੱਚ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਲਾਹ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਾਹ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਭਾਲਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਕਾਲ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਕਮਲੇ ਵਡਿਆਈ ਹੁਕਮੀ ਤੁਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸੀ ਸਿੱਖਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕਹੇ ਨਾਨਕ ਹੁਕਮੈ ਜਬ ਜਾ ਤਾਂ ਹੁਮੈ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਸ ਜਨ ਨਿਸਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਮੁਰ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਤੋੜ ਕਦ ਕਦ ਕਥੀ ਕੋਟੀ ਕੁੜ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਸਹਿਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾ ਪਾਖੇ ਪੋ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੇ ਅਜੇ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੇ ਚਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਗਰੀ ਮੁੱਖ ਦੋ ਨਾਨਕ ਐਵੇਂ ਜਾਣੀਆਂ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਾ ਤਿੰਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿੰਦਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਪਰ ਹਰ ਸੁਕਰ ਲਾ ਜਾਏ ਗੁਰਮੁਖ ਨਾਦਮ ਗੁਰਮੁਖ ਵਰਨ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਈ ਕਹਿਣਾ ਕਥਨਾ ਜਾਏ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਪਹਿਲੇ ਪਗ ਗੁਰੂ ਨਾਨਕ ਦੇਵ ਜੀ ਦੂਜੇ ਪਗ ਗੁਰੂ ਦੇਵ ਜੀ
ਤੀਜੀ ਪਗਰ ਅਮਰਦਾਸ ਜੀ, ਸੱਤ ਪਗਰ ਰਾਮਦਾਸ ਜੀ, ਪੰਜਵਾਂ ਗੁਰੂ ਅਰਜਨ ਦੇਵ ਜੀ, ਛੇਵਾਂ ਪਰ ਗੋਬਿੰਦ ਸਾਹਿਬ ਜੀ, ਦਸਵਾਂ ਮਹਾਰਾਜ ਜੀ, ਅੱਠਵਾਂ ਪਰ ਕ੍ਰਿਸ਼ਨ ਜੀ, ਨੌਵਾਂ ਪਾਤੇ ਬਹਾਦਰ ਜੀ, ਦਸਵਾਂ ਗੋਬਿੰਦ ਸਿੰਘ ਜੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਦਰਸ਼ਨ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਬੋਲੋ ਬੋਲੋ ਜੀ, ਬੋਲੋ ਜੀ, ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ, ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਕਿੰਨਾ ਸਿਆਣਾ ਤੂੰ ਅਜੇ ਪਾਲ ਮੁੰਡਾ, ਦੱਸ ਕਿੰਨਾ ਸਿਆਣਾ ਤੂੰ, ਲਾਪਤਾ ਕਿਵੇਂ ਹੋ ਗਿਆ ਦੀ ਵੇ, ਹੈ ਬਹੁਤ ਸਿਆਣਾ ਬੱਚਾ। ਨਹੀਂ ਪਤਾ ਹੋਣਾ, ਪਤਾ ਵੀ ਨਹੀਂ ਕੀ ਕਹਿੰਦਾ, ਕਹਿੰਦਾ ਮੈਂ ਤਾਂ ਅੱਗੇ ਕਿਹਾ ਤਾਂ ਲੱਭ ਕੇ ਨਾ ਹੁਣ ਨਹੀਂ ਮੁੰਡਾ, ਮੈਂ ਟਾਂਡੇ ਪਰ ਲੱਭ ਲੈਂਦਾ ਨਾ ਮੁੰਡਾ, ਮੁੰਡਾ ਹੁਣੇ ਮੈਂ ਛੱਡਾ ਦਿੱਤਾ। ਔਰ ਸੰਗਤ ਜੀ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਪਹੁੰਚਿਆ ਜੀ, ਤਾਂ ਫਿਰ ਅਸੀਂ ਆਪਣੇ ਕੋਲ ਨਾ ਜੀ, ਅਸੀਂ ਥੋੜ੍ਹਾ ਬਿਜ਼ੀ ਸੀਗੇ, ਸਮਾਗਮ ਜਿਹੜਾ ਸੰਸਥਾ ਦੇ ਵਿੱਚ 21 ਨਵੰਬਰ ਨੂੰ ਆਪਣੇ ਲਚਕਾਣੀ ਹੋ ਰਿਹਾ, ਅਸੀਂ ਉਹਦੇ ਸੰਬੰਧ ਦੇ ਵਿੱਚ ਥੋੜ੍ਹਾ ਬਿਜ਼ੀ ਹੋਣ ਕਰਕੇ ਅਸੀਂ ਉਹਦੀ ਵੀਡੀਓ ਨਹੀਂ ਪਾਈ। ਅਸੀਂ ਕਿਤੇ ਕੱਲ੍ਹ ਇੱਕ ਰੀਲ ਬਣਾਈ ਸੀ, ਪਰਸੋਂ ਅਸੀਂ ਉਹ ਪਾਈ ਸੀ ਰੀਲ, ਉਹ ਪਾਈ, ਚਲੋ ਰੀਲ ਤੋਂ ਪਹਿਲਾਂ ਹੀ ਸਾਨੂੰ ਪਰਿਵਾਰ ਤਾਂ ਮਿਲ ਗਿਆ ਸੀਗਾ ਜੀ, ਅਤੇ ਗੁਰੂ ਸਾਹਿਬ ਦੀ ਕਿਰਪਾ ਹੋਈ, ਅਤੇ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਇੱਦਾਂ ਦੇ ਵੀਰਾਂ ਦਾ, ਬੱਚਿਆਂ ਦਾ ਧਿਆਨ ਰੱਖਿਆ ਕਰੋ। ਬਹੁਤ ਇਹੋ ਜਿਹੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਸਾਡੇ ਸਹਾਰੇ ਦੀ, ਜੇ ਉਹਨਾਂ ਨੂੰ ਸਹੀ ਮਨੁੱਖ ਨਾ ਮਿਲਣ ਤਾਂ ਉਹਨਾਂ ਨੂੰ ਕੁਝ ਗਲਤ ਤਾਕਤਾਂ ਫੜ ਕੇ ਆਪਣੇ ਘਰਾਂ 'ਚ ਕੈਦ ਕਰ ਲੈਂਦੇ ਨੇ, ਪੰਜਾਬ ਤੋਂ ਬਾਹਰ ਚੱਕ ਕੇ ਵੇਚ ਦਿੱਤਾ ਜਾਂਦਾ, ਕੋਈ ਯੂਪੀ, ਕੋਈ MP, ਕੋਈ ਕਿਤੇ ਪਹੁੰਚਾ ਦਿੱਤਾ ਜਾਂਦਾ, ਕੋਈ ਢਾਬਿਆਂ 'ਤੇ ਛੱਡ ਦਿੱਤਾ ਜਾਂਦਾ, ਕਿਸੇ ਨੂੰ ਹੋਟਲਾਂ ਦੇ ਵਿੱਚ, ਕਿਸੇ ਨੂੰ ਪੈਲਸਾਂ ਦੇ ਵਿੱਚ ਰੱਖ ਲਿਆ ਜਾਂਦਾ, ਮੁੜ ਕੇ ਉਹ ਫਿਰ ਕਦੇ ਵੀ ਇੱਦਾਂ ਦਾਦੀਆਂ ਨੂੰ ਆ ਕੇ ਨਹੀਂ ਮਿਲ ਪਾਉਂਦੇ। ਇਸ ਕਰਕੇ ਤੁਸੀਂ ਸਾਰੇ ਭੈਣ ਭਰਾ ਇੱਦਾਂ ਦੇ ਬੱਚਿਆਂ ਦਾ ਜ਼ਰੂਰ ਖਿਆਲ ਕਰਿਆ ਕਰੋ, ਧਿਆਨ ਰੱਖਿਆ ਕਰੋ ਜੀ। ਤੁਹਾਨੂੰ ਕੋਈ ਐਸਾ ਬੱਚਾ ਮਿਲਦਾ, ਉਹਦੀ ਇੱਕ ਵੀਡੀਓ ਬਣਾਓ, ਉਹਨੂੰ ਪੁੱਛੋ ਤੇਰੇ ਮਾਂ ਬਾਪ ਕੌਣ ਨੇ, ਕਿੱਥੋਂ ਦਾ ਰਹਿਣ ਵਾਲਾ, ਕਿਹੜਾ ਤੇਰਾ ਜ਼ਿਲ੍ਹਾ ਕੀ ਆ, ਕੋਈ ਨਾ ਕੋਈ ਆਪਾਂ ਨੂੰ ਹਿੰਟ ਦਊਗਾ, ਅਤੇ ਫਿਰ ਆਪਾਂ ਇਹਦਾ ਘਰ ਲੱਭਣ 'ਚ ਜਿਹੜਾ ਆਪਾਂ ਨੂੰ ਸੌਖਾ ਹੋ ਜੂਗਾ। ਆਪਣੇ ਕੋਲ ਇਸ ਟਾਈਮ 150 ਦੇ ਕਰੀਬ ਆਪਣਾ ਪਰਿਵਾਰ ਪਹੁੰਚ ਚੱਲਿਆ ਜੀ, ਆਪਣੇ ਕੋਲ ਜਗ੍ਹਾ ਦੀ ਬਹੁਤ ਕਮੀ ਆ ਜੀ, ਜਗ੍ਹਾ ਆਪਾਂ ਹੁਣ ਅੱਗੇ ਬਿਲਡਿੰਗ ਬਣਾਵਾਂਗੇ ਜੀ, ਲੈਂਟਰ ਪੈਣਾ ਗੁਰੂ ਸਾਹਿਬ ਦੀ ਕਿਰਪਾ ਨਾਲ, ਹੋਰ ਇੱਦਾਂ ਦੇ ਮਾਸੂਮ ਬੱਚਿਆਂ ਨੂੰ ਲਿਆ ਕੇ, ਉਹਨਾਂ ਦੀ ਸਾਂਭ ਸੰਭਾਲ ਹੋਊਗੀ, ਅਤੇ ਇੱਦਾਂ ਦੀਆਂ ਦਾਦੀਆਂ, ਇੱਦਾਂ ਦੀਆਂ ਮਾਵਾਂ ਨੂੰ ਉਹਨਾਂ ਦੇ ਪੁੱਤ ਲੱਭ ਲੱਭ ਕੇ ਮੋੜੇ ਜਾਣਗੇ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਸਲ ਸਿਧਾਂਤ ਆ, ਗੁਰੂ ਮਹਾਰਾਜ ਦਾ ਉਪਦੇਸ਼ ਆ ਵੀ ਜਿਹੜਾ ਸਿੱਖ ਹੋਊਗਾ ਦੂਜੇ ਲਈ ਖੜੂਗਾ ਜੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ, ਜਿੱਥੇ ਵੀ ਸਾਨੂੰ ਇੱਦਾਂ ਦੇ ਪਿਆਰੇ ਬੱਚੇ ਮਿਲਦੇ ਨੇ, ਉਹਨਾਂ ਦਾ ਜ਼ਰੂਰ ਉਹਨਾਂ ਨਾਲ ਤੁਸੀਂ ਹਮਦਰਦੀ ਦਿਖਾਓ। ਉਹਨਾਂ ਪ੍ਰਤੀ ਜਿਹੜੀ ਸਾਡੀ ਧਾਰਨਾ ਬਣੀ ਵੀ ਆ ਵੀ ਇਹ ਤਾਂ ਗੰਦਾ ਹੋਇਆ ਵਾ, ਟੋਇਲਟ ਕਰੀ ਵੀ ਆ, ਕਿਸੇ ਨੇ ਕੁਛ ਕਰਿਆ ਵਾ, ਉਹ ਧਾਰਨਾ ਨੂੰ ਆਪਾਂ ਚੇਂਜ ਕਰਕੇ ਉਹਨਾਂ ਪ੍ਰਤੀ ਰਹਿਮਦਿਲੀ ਰੱਖਣੀ। ਜਦੋਂ ਰਹਿਮਦਿਲੀ ਆਊਗੀ ਫਿਰ ਉਹਨਾਂ ਨਾਲ ਤੁਸੀਂ ਗੱਲਬਾਤ ਕਰੋਗੇ, ਗੱਲਬਾਤ ਕਰੋਗੇ ਤਾਂ ਉਹਨਾਂ ਦਾ ਪਰਿਵਾਰ ਮਿਲੂਗਾ ਜੀ। ਇਸ ਕਰਕੇ ਸਾਰੇ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ, ਅਸੀਂ ਇਸ ਵਕਤ ਲਚਕਾਣੀ ਪਿੰਡ ਦੇ ਵਿੱਚ ਬੈਠੇ ਹਾਂ ਜੀ, ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਟਾਈਮ ਵੀਡੀਓ। ਇੱਕ ਪਰਿਵਾਰ ਜਿਹੜਾ, ਇੱਕ ਬੱਚਾ ਮਿਲਿਆ, ਇੱਕ ਦਾਦੀ ਅਤੇ ਇੱਕ ਪੁੱਤ, ਕਿਉਂਕਿ ਇਸ ਅਜੇਪਾਲ ਬੱਚੇ ਦੇ ਮਾਂ ਬਾਪ ਦੀ ਤਾਂ ਮੌਤ ਹੋ ਗਈ, ਪਰ ਉਹਨਾਂ ਦੇ ਅੱਜ ਇਹੀ ਮਾਂ ਬਾਪ ਨੇ, ਚਾਚਾ ਹੀ ਬਾਪ ਆ, ਦਾਦੀ ਉਹ ਮਾਂ। ਇਸ ਕਰਕੇ ਬੱਚੇ ਨੂੰ ਚੰਗੀ, ਦੇਖੋ ਤੁਸੀਂ ਦਿਮਾਗ ਕਿੰਨਾ ਤੇਜ਼ ਆ ਬੱਚੇ ਦਾ, ਜਪਜੀ ਸਾਹਿਬ ਕਿੱਥੋਂ ਤੱਕ ਯਾਦ ਆ ਆਪ ਜੀ, ਸਾਰੇ ਭੈਣ ਭਰਾਵਾਂ ਨੇ ਸੁਣਿਆ, ਦਸੇ ਪਾਤਸ਼ਾਹੀਆਂ ਦੇ ਨਾਮ ਯਾਦ ਨੇ, ਜਿੱਦਾਂ ਮਤਲਬ ਇਹਨੇ ਸਿਮਰਨ ਕਰਾਉਣਾ ਤਾਂ ਕਿੰਨਾ ਰੂਹ ਨਾਲ ਸਿਮਰਨ ਕਰਾਉਂਦਾ ਸੀ। ਕੱਲ੍ਹ ਅਸੀਂ ਇੱਕ ਰੀਲ ਪਾਈ ਸੀ। ਇਸ ਕਰਕੇ ਇੱਦਾਂ ਦੇ ਬੱਚਿਆਂ 'ਤੇ ਵੈਸੇ ਹੀ ਕੋਈ ਕੁਦਰਤ ਮਹਾਰਾਜ ਮਿਹਰਬਾਨ ਹੁੰਦੇ ਨੇ, ਕੋਈ ਅਕਾਲ ਪੁਰਖ ਵਾਹਿਗੁਰੂ ਕੋਈ ਬੈਠਾ ਹੁੰਦਾ ਇੱਦਾਂ ਦੇ ਬੱਚਿਆਂ ਦੇ ਕੋਲ। ਅਤੇ ਇਸ ਕਰਕੇ ਧੰਨਵਾਦ ਤੁਹਾਡਾ, ਤੁਹਾਡੀਆਂ ਵੀਡੀਓ ਸ਼ੇਅਰ ਕਰਨ ਦੇ ਨਾਲ, ਤੁਹਾਡੇ ਸ਼ੇਅਰ ਕਰਨ ਦੇ ਨਾਲ ਅਸੀਂ ਅੱਜ ਤੱਕ ਕਾਰਜ ਕਰਨ ਤੱਕ ਪਹੁੰਚੇ ਹਾਂ, ਤੁਹਾਡਾ ਹੀ ਅਸੀਂ ਧੰਨਵਾਦ ਕਰਦੇ ਹਾਂ ਜੀ। ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅਸੀਂ ਜ਼ਰੂਰੀ ਸੁਨੇਹਾ ਦੇ ਦਈਏ, 21 ਤਰੀਕ 11ਵਾਂ ਮਹੀਨਾ ਚੱਲਦਾ ਜੀ 2024, ਇੱਕ ਧਾਰਮਿਕ ਗੁਰਮਤਿ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਸੰਤ ਮਹਾਂਪੁਰਸ਼ ਜਿਹੜੇ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜੀ,
ਤੁਸੀਂ ਸਾਰੇ ਭੈਣ ਭਰਾਵਾਂ ਨੇ ਆਉਣਾ ਗੁਰਮਤਿ ਦੇ ਵਿੱਚ, ਜਿਹੜਾ ਜ਼ਰੂਰ ਗੁਰਸਿੱਖੀ ਦੇ ਵਿੱਚ ਆ ਕੇ ਤੁਸੀਂ ਹਾਜ਼ਰੀ ਲਵਾਉਣੀ ਆ। ਸਾਰੇ ਭੈਣ ਭਰਾਵਾਂ ਨੇ 21 ਤਰੀਕ ਦਿਨ ਵੀਰਵਾਰ, ਬਹੁਤ ਹੀ ਮਹਾਨ ਸ਼ਖਸੀਅਤਾਂ ਜਿਹੜੀਆਂ ਪਹੁੰਚ ਰਹੀਆਂ ਨੇ, ਜਿਹਨਾਂ ਜਿਹੜੇ ਸਾਨੂੰ ਆਸ਼ੀਰਵਾਦ ਦੇਣ ਲਈ ਸਾਨੂੰ ਹੌਸਲਾ ਮਿਲੂਗਾ ਉਹਨਾਂ ਦੇ ਆਉਣ ਨਾਲ। ਜਦੋਂ ਮਹਾਨ ਸ਼ਖਸੀਅਤਾਂ ਆਉਣਗੀਆਂ, ਚਾਹੇ ਉਹ 2 ਮਿੰਟੇ ਬੋਲਣ ਆ ਕੇ, ਚਾਹੇ ਉਹ ਹਾਜ਼ਰੀ ਲਵਾ ਕੇ ਸਾਨੂੰ ਥਾਪੜਾ ਦੇ ਜਾਣਗੇ, ਸਾਨੂੰ ਉਹਦੇ ਨਾਲ ਪੋਜ਼ਿਟਿਵਿਟੀ, ਸਾਨੂੰ ਹੋਰ ਸ਼ਾਂਤੀ ਮਿਲਣੀ ਆ ਵੀ ਸਾਡੇ ਭੈਣ ਭਰਾ ਜਾਂ ਸਾਡੇ ਜਿਹੜੇ ਸੰਤ ਮਹਾਂਪੁਰਸ਼ ਇਲਾਕਾ ਨਿਵਾਸੀ ਨੇ ਸਾਨੂੰ ਜਿਹੜਾ ਪਿਆਰ ਕਰਦੇ ਨੇ, ਔਰ ਸਾਨੂੰ ਹੌਸਲਾ ਮਿਲਣਾ, ਅਸੀਂ ਹੋਰ ਇੱਦਾਂ ਦੀਆਂ ਮਾਵਾਂ ਨੂੰ ਉਹਨਾਂ ਦੇ ਪੁੱਤ ਲੱਭਣ 'ਚ ਕਾਮਯਾਬ ਹੋਵਾਂਗੇ। ਧੰਨਵਾਦ ਤੁਹਾਡਾ। ਅਜੇ ਪਾਲ ਪੁੱਤ ਹੁਣ ਘਰੋਂ ਨਹੀਂ ਜਾਣਾ, ਠੀਕ ਆ, ਦਾਦੀ ਕੋਲ ਰਹਿਣਾ, ਠੀਕ ਆ। ਕੀ ਕਹਿਣਾ ਚਾਹੁੰਦਾ ਪੁੱਤ, ਤੇਰਾ ਜੀ ਲੱਗ ਗਿਆ ਸੀ ਭਾਜੀ? ਪਰ ਦਾਦੀ ਬਣਾਉਣੀ ਜੀ ਲੱਗਦਾ। ਫਿਰ ਤੂੰ ਛੱਡ ਕੇ ਕਾਹਤੋਂ ਆਇਆ ਦਾਦੀ ਨੂੰ ਉੱਥੇ ਗੇਟ 'ਚ? ਉਹ ਦਾਦੀ ਤੈਨੂੰ ਲੱਭਦੀ ਰਹੀ ਸੜਕ 'ਤੇ, ਤੂੰ ਛੱਡ ਕੇ ਇੱਧਰ ਹੈ? ਠੰਡਾ ਤੂੰ ਤਾਂ ਸ਼ਕਤੀ ਮਾਨੇ ਬਣ ਗਿਆ। ਬੜਾ ਪਿਆਰਾ ਆ ਨਾ ਬੱਚਾ ਯਾਰ, ਹੋਰ ਲਿਆਵਾਂ ਮੈਂ ਕਿਹਾ ਨਹੀਂ ਪੀ ਕੇ ਬੱਤਾ, ਤੂੰ ਤਾਂ ਸ਼ਕਤੀ ਮਾਨੇ ਬਣ ਗਿਆ। ਇਹਨੂੰ ਅੱਗੇ ਤੋਂ ਬੱਤਾ ਹੀ ਨਾ ਪਿਲਾਇਓ ਜੀ, ਹੁਣ ਨੀ ਲਾਪਤਾ ਹੋਣਾ ਚੰਗਾ, ਕਿਤੇ ਫੇਰ ਬੱਤਾ ਪੀ ਕੇ ਦਿੱਲੀ ਵਗ ਜਾਏ। ਖੁਸ਼ ਹੋ ਬੇਬੇ ਜੀ? ਹਾਂਜੀ, ਵਾਹ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੀ, ਵਾਹਿਗੁਰੂ। ਚਲੋ ਆਹ ਦਵਾਵਾਂ ਸਾਨੂੰ ਤਾਰਦੀਆਂ ਨੇ ਜੀ, ਆਹ ਦਵਾਵਾਂ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾ ਰਹੀਆਂ ਨੇ, ਇਹਨਾਂ ਦਵਾਵਾਂ ਕਰਕੇ ਅੱਜ ਜਿਹੜਾ ਘਰ ਗੁਰੂ ਸਾਹਿਬ ਕਿਰਪਾ ਕਰਨ ਜੀ, ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ। ਤੁਸੀਂ ਸਾਰੇ ਭੈਣ ਭਰਾਵਾਂ ਨੇ ਆਉਂਦੇ ਜਾਂਦੇ ਇੱਥੇ ਰੱਬੀ ਰੂਹਾਂ ਹੋਰ ਬਹੁਤ ਨੇ ਆਪਣੇ ਕੋਲ, ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਆਉਂਦੇ ਜਾਂਦੇ, ਉਹਨਾਂ 10 ਮਿੰਟ ਜ਼ਰੂਰ। ਇੱਥੇ ਬਹੁਤ ਤੁਹਾਡੇ ਸਾਥ ਦੀ ਲੋੜ ਆ ਜੀ, ਬਹੁਤ ਐਸੀਆਂ ਚੀਜ਼ਾਂ ਨੇ, ਅਸੀਂ ਵਾਅਦਾ ਕਰਦੇ ਹਾਂ ਆਪ ਜੀ ਨਾਲ, ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਸਾਹਿਬ 'ਤੇ ਇੰਨਾ ਕੁ ਯਕੀਨ ਆ ਵੀ ਜਦੋਂ ਸੱਚ ਹੋਊਗਾ ਇਸ ਘਰ ਦੇ ਵਿੱਚ, ਇਹਨੇ ਬਹੁਤ ਵੱਡੇ ਪੱਧਰ 'ਤੇ ਪਹੁੰਚਣਾ। ਜਿਹੜਾ ਝੂਠ ਹੋਊਗਾ ਉਹ ਰੇਤ ਦੀ ਢੇਰ ਆ, ਜਿਹੜਾ ਸੱਚ ਹੋਊਗਾ ਉਹ ਮਹਾਰਾਜ ਇੱਕ ਦਿਨ ਆਪਾਂ ਨੂੰ ਬਹੁਤ ਵੱਡੇ ਪੱਧਰ 'ਤੇ ਲੈ ਜਾਣਗੇ। ਇੱਕ ਦਿਨ ਐਡਾ ਵੱਡਾ ਘਰ ਹੋਊਗਾ ਜਿਹਦੇ ਵਿੱਚ ਕਈ ਹਜ਼ਾਰ ਇੱਦਾਂ ਦੀਆਂ ਰੂਹਾਂ ਰਹਿ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਣਗੀਆਂ ਜੀ। ਗੁਰੂ ਸਾਹਿਬ ਕਿਰਪਾ ਕਰਨਗੇ, ਬੱਚਿਆਂ ਦਾ ਵੀ ਪ੍ਰਬੰਧ ਹੋਊਗਾ, ਬੀਬੀਆਂ ਦਾ ਵੀ ਹੋਊਗਾ। ਇਸ ਵਕਤ ਵੀ ਆਪਣੇ ਕੋਲ ਬੀਬੀਆਂ ਵੀ ਹੈਗੀਆਂ ਨੇ ਜੀ, 2 ਬੀਬੀਆਂ ਵੀ ਨੇ ਆਪਣੇ ਕੋਲ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ, ਉਹ ਆਪਣੇ ਕੋਲ ਹੀ ਰਹਿ ਰਹੀਆਂ ਨੇ ਜੀ। ਇਸ ਕਰਕੇ ਅਗਲਾ ਜਿਹੜਾ ਹੈਗਾ ਸੰਗਤ ਦੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਵੀ ਸੰਗਤ ਇਸ ਘਰ ਨੂੰ ਹੋਰ ਸਪੋਰਟ ਜਿਹੜੀ ਕਰੂਗੀ ਚੀਜ਼ਾਂ ਦੇ ਰੂਪ ਦੇ ਵਿੱਚ, ਕੋਈ ਚੀਜ਼ ਲੈ ਕੇ ਦਊ, ਕੋਈ ਕੁਛ ਲੈ ਕੇ ਦਊਗਾ, ਅਤੇ ਆਪਾਂ ਇਹਨੂੰ ਹੋਰ ਵੱਡੇ ਪੱਧਰ 'ਤੇ ਲੈ ਕੇ ਜਾਣਾ ਜੀ। ਅਗਲਾ ਜਿਹੜਾ ਅਗਲੇ ਸਾਲ 2 ਸਾਲ ਤੱਕ ਹੋਰ ਕਾਫੀ ਵੱਡੇ ਘਰ ਦਾ ਨੀਂਹ ਪੱਥਰ ਰੱਖਾਂਗੇ ਜੀ ਆਪਾਂ। ਸਾਨੂੰ ਯਕੀਨ ਹੈ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਵੀ ਮਹਾਰਾਜ ਨੇ ਜਦੋਂ ਅਸੀਂ 2019 ਦੇ ਵਿੱਚ ਇਸ ਕਾਰਜ ਨੂੰ ਸ਼ੁਰੂ ਕੀਤਾ ਸੀਗਾ, ਮਹਾਰਾਜ ਨੇ ਸਾਡੇ ਤੋਂ ਨਾ ਇੱਕ ਇੱਟ ਲਵਾਤੀ, ਕਰਨ ਕਰਨ ਤਾਂ ਭਗਵਾਨ ਆ, ਮਹਾਰਾਜ ਨੇ ਇੱਕ ਸਾਡੇ ਵਰਗੇ ਭਾਪੀਆਂ ਨੂੰ ਜ਼ਰੀਆ ਬਣਾਤਾ। ਉਦੋਂ ਤਾਂ ਸਾਨੂੰ ਨਹੀਂ ਪਤਾ ਸੀ ਵੀ ਅੱਗੇ ਕੀ ਹੋਣਾ ਸਾਡੀ ਜ਼ਿੰਦਗੀ 'ਚ, ਪਰ ਸਾਨੂੰ ਅੱਜ ਪਤਾ ਵੀ ਇਸ ਘਰ 'ਚ ਬਣਨਾ ਕੀ ਆ, ਸਮਾਂ ਆਉਣਾ, ਇੱਥੇ ਹੋਸਪਿਟਲ ਵੀ ਬਣਨਾ, ਸਭ ਤੋਂ ਜ਼ਰੂਰੀ ਹੈ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼, ਇੱਕ ਦਿਨ ਸਮਾਂ ਆਉਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਥੇ ਆਪ ਖੁਦ ਇਸ ਵਕਤ ਵੀ ਸਾਡੇ ਵਿੱਚ ਮੌਜੂਦ ਨੇ, ਪਰ ਸਮਾਂ ਆਊਗਾ ਵੀ ਗੁਰਦੁਆਰਾ ਸਾਹਿਬ ਵੀ ਇੱਥੇ ਬਣੂਗਾ ਜੀ, ਕਿਉਂਕਿ ਸਾਨੂੰ ਯਕੀਨ ਹੈ ਉਸ ਮਹਾਰਾਜ 'ਤੇ। ਕੋਈ ਇਹੋ ਜਿਹੀਆਂ ਮਹਾਰਾਜ ਵਿਧ ਬਣਾਉਣਗੇ, ਕੋਈ ਇਹੋ ਜਿਹੀ ਕਿਰਪਾ ਕਰਨਗੇ ਵੀ ਸਾਰੇ ਕਾਰਜ ਹੁੰਦੇ ਜਾਣਗੇ, ਹੋਸਪਿਟਲ ਬਣੂਗਾ, ਲੰਗਰ ਹਾਲ ਬਣ ਜੂਗਾ, 1000-1000, 2000-2000, 3000-3000 ਬੈੱਡ ਦੀਆਂ
ਬਿਲਡਿੰਗਾਂ ਬਣ ਜਾਣਗੀਆਂ ਜੀ, ਸਾਰਾ ਸਮਾਂ ਆਊਗਾ ਜੀ, ਗੁਰੂ ਸਾਹਿਬ ਕਿਰਪਾ ਕਰਨਗੇ, ਮਹਾਰਾਜ ਅੱਗੇ ਅਰਦਾਸ ਆ ਮਹਾਰਾਜ ਸੱਚ ਦੇਣ, ਜੇ ਸੱਚ ਹੋਊਗਾ ਤਾਂ ਸਾਰੀਆਂ ਚੀਜ਼ਾਂ ਆਉਣਗੀਆਂ ਜੀ, ਅਤੇ ਬਹੁਤ ਵੱਡੇ ਪੱਧਰ 'ਤੇ ਇਸ ਘਰ ਨੇ ਪਹੁੰਚਣਾ। ਤਹਿ ਦਿਲੋਂ ਧੰਨਵਾਦ ਅਸੀਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ, ਜਿੱਥੋਂ ਵੀ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹੋ ਅਸੀਂ ਤੁਹਾਡਾ ਭੈਣ ਭਰਾਵਾਂ ਦਾ ਧੰਨਵਾਦ ਕਰਦੇ ਹਾਂ। ਤੁਸੀਂ ਭੇਜੀ ਵੀ ਇੱਕ ਇੱਕ ਚੀਜ਼ ਇੱਥੇ ਤੱਕ ਪਹੁੰਚੀ ਆ ਜੀ, ਤੁਸੀਂ ਭੇਜਿਆ ਵਾ ਰਾਸ਼ਨ, ਬੇਬੇ ਨੇ ਪ੍ਰਸ਼ਾਦਾ ਛਕਿਆ, ਤੁਸੀਂ ਭੇਜੇ ਵੇ ਕੱਪੜੇ, ਵੀਰ ਦੇ ਦਸਤਾਰ ਬੰਨੇ, ਤੁਸੀਂ ਇੱਕ ਇੱਕ ਚੀਜ਼ ਇੱਥੇ ਭੇਜੀ ਸਾਨੂੰ, ਇੱਟਾਂ ਭੇਜੀਆਂ, ਬਜਰੀ ਭੇਜੀ, ਸਮਿੰਟ ਭੇਜਿਆ, ਇੱਕ ਇੱਕ ਚੀਜ਼ ਤੁਸੀਂ, ਮਾਇਆ ਭੇਜੀ, ਫਰਿੱਜ ਭੇਜਿਆ, ਫਿਲਟਰ ਭੇਜਿਆ, ਇੱਕ ਇੱਕ ਚੀਜ਼ ਸੰਗਤ ਨੇ ਲੈ ਕੇ ਦਿੱਤੀ ਆ ਜੀ। ਇਸ ਘਰ ਦੇ ਵਿੱਚ ਅਸੀਂ ਕੁਛ ਨਹੀਂ ਖਰੀਦਦੇ ਹਾਂ, ਨਾ ਸਾਡੇ ਕੋਲ ਕੁਛ ਹੈਗਾ, ਸੰਗਤ ਸਾਨੂੰ ਲੈ ਕੇ ਦਿੰਦੀ ਆ ਜੀ ਚੰਗੀਆਂ ਰੂਹਾਂ। ਕੋਈ ਮਹਾਰਾਜ ਇਹੋ ਜਿਹੀ ਕਿਰਪਾ ਕਰਦੇ ਨੇ, ਸਾਨੂੰ ਤਾਂ ਮਹਾਰਾਜ ਨੇ ਟੁਕੜਾ ਦਿੱਤਾ ਸੀ ਜ਼ਮੀਨ ਦਾ, ਮਹਾਰਾਜ ਨੇ ਕਿਰਪਾ ਕੀਤੀ ਆ। ਉਸ ਤੋਂ ਅੱਗੇ ਸਾਡੀ ਆਸ ਉਮੀਦ ਸੰਗਤ 'ਤੇ ਆ ਵੀ ਸੰਗਤ ਹੋਰ ਇਸ ਘਰ ਦੇ ਵਿੱਚ ਬਿਲਡਿੰਗਾਂ ਵੱਡੀਆਂ ਬਣਾਵੇ, ਤਾਂ ਜੋ ਆਪਾਂ ਹੋਰ ਇੱਦਾਂ ਦੇ ਬੱਚਿਆਂ ਦਾ ਜਿਹੜਾ ਵੱਡੇ ਪੱਧਰ 'ਤੇ ਹੋਰ ਬੱਚਿਆਂ ਦੀ ਸਾਂਭ ਸੰਭਾਲ ਕਰ ਸਕੇ, ਸੰਗਤ ਉਰੇ ਹੋਸਪਿਟਲ ਬਣਾਵੇ, ਸਕੂਲ ਬਣਾਵੇ, ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਹੋਵੇ, ਮਤਲਬ ਬਹੁਤ ਐਸੀਆਂ ਚੀਜ਼ਾਂ ਨੇ ਉਹ ਸਮੇਂ ਸਮੇਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ। ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ, ਹੱਸਦੇ ਵੱਸਦੇ ਰਹੋ, ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ, ਬਹੁਤ ਸਾਰਾ ਪਿਆਰ ਸਾਡੇ ਵੱਲੋਂ, ਔਰ ਇਹ ਪਿਆਰ ਦੇਖ ਕੇ ਬੜੀ ਰੂਹ ਨੂੰ ਜਿਹੜਾ ਮਨ ਨੂੰ ਸ਼ਾਂਤੀ ਮਿਲੀ ਹੈ ਜੀ। ਤਹਿ ਦਿਲੋਂ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਸੀਂ ਥੋੜ੍ਹਾ ਜਿਹਾ ਉੱਧਰੋਂ ਵੀ ਤੁਹਾਨੂੰ ਅੰਦਰੋਂ ਵੀ ਥੋੜ੍ਹਾ ਦਰਸ਼ਨ ਕਰਾ ਦਾਂਗੇ, 2 ਮਿੰਟ ਤੁਸੀਂ ਇੰਨੇ, ਕੋਈ ਗੱਲ ਨਹੀਂ, ਚਲੋ ਆਪਾਂ ਹੁਣ ਇੱਥੇ ਕੱਟ ਕੇ ਵੀਡੀਓ ਦੁਬਾਰਾ ਆਪਾਂ ਦਰਸ਼ਨ ਕਰਵਾ ਦਾਂਗੇ ਉੱਧਰੋਂ, ਥੋੜ੍ਹਾ ਜਿਹਾ ਧੁੰਦ ਬਹੁਤ ਆ ਗਈ ਪਰ ਹੈ ਨਾ, ਇੱਧਰ ਨੂੰ ਮਾਰਿਓ ਆਪਣਾ, ਧੁੰਦ ਬਹੁਤ ਆ ਗਈ, ਆਪਾਂ ਇੱਕ ਵਾਰੀ ਦਿਖਾਈਏ ਮਾੜਾ ਜਿਹਾ ਘਰ ਆਪਣਾ। ਹਾਂਜੀ ਆਹ ਦੇਖੋ ਜੀ, ਸਾਡੇ ਲਈ ਸਵਰਗ ਆ ਜੀ, ਧੁੰਦ ਬਹੁਤ ਜ਼ਿਆਦਾ ਆ ਗਈ ਅੱਜ ਤਾਂ ਜੀ, ਜਿਹੜਾ ਆਪਣਾ ਬੋਰਡ ਵੀ ਨਹੀਂ ਦਿਖ ਰਿਹਾ, ਅੰਦਰ ਆਨੰਦ ਨਾਲ ਸੁੱਤੇ ਪਏ ਨੇ ਜੀ ਸਾਰੀਆਂ ਰੂਹਾਂ, ਸਾਰੇ ਵੀਰ ਭਰਾ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਜੀ। ਤੁਹਾਡੀ ਇਹ ਕਿਰਪਾ, ਤੁਹਾਡਾ ਸਾਰੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਅੱਜ ਪੂਰੀ ਸ਼ਾਂਤੀ ਦੇ ਨਾਲ, ਜਿਹੜਾ ਕਿਸੇ ਟਾਈਮ ਦੇਖੋ ਤੁਸੀਂ ਇੰਨੀ ਠੰਡ 'ਚ ਇੱਕ ਇਨਸਾਨ ਰੋਡ 'ਤੇ ਹੋਊਗਾ ਤਾਂ ਉਹਦੇ ਰੋਡ ਦੇ ਕੀ ਹਾਲਾਤ ਹੋਣਗੇ, ਅਤੇ ਇੱਕ ਇਨਸਾਨ ਇਸ ਵਕਤ ਅੰਦਰ ਪਿਆ ਅਤੇ ਇਸ ਵਕਤ ਉਹ ਕਿੰਨੇ ਮੌਜ ਦੇ ਨਾਲ ਜਿਹੜਾ ਸੁੱਤਾ ਪਿਆ ਹੋਊਗਾ ਜੀ। ਗੁਰੂ ਨਾਨਕ ਦਾ ਦਰ ਆਪਣਾ ਫਰਜ਼, ਸੇਵਾ ਸੁਸਾਇਟੀ ਪਿੰਡ ਲਚਕਾਣੀ, ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕਰਨੀ ਆ, ਉਹਨਾਂ ਦੇ ਭੇਜਿਆ ਵਾ ਅੰਨ ਛਕਿਆ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਭੇਜੀ ਹੋਈ ਇੱਕ ਇੱਕ ਚੀਜ਼ ਇੱਥੇ ਵਰਤੀ ਆ, ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਮਹਾਰਾਜ ਨੇ ਸਾਨੂੰ ਉਸ ਜਿਹੜਾ ਫੈਸ਼ਨ ਦੀ ਦੁਨੀਆ 'ਚੋਂ ਕੱਢ ਕੇ, ਮਹਾਰਾਜ ਨੇ ਉਸ ਪਰਿਵਾਰਕ ਦੁਨੀਆ ਦੇ ਵਿੱਚੋਂ ਕੱਢ ਕੇ ਮਹਾਰਾਜ ਨੇ ਕਾ ਅੱਜ ਸਾਨੂੰ ਸਵਰਗ ਦਿੱਤਾ, ਇੱਕ ਪਰਿਵਾਰ ਦਿੱਤਾ ਐਡਾ ਵੱਡਾ। ਤਹਿ ਦਿਲੋਂ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਡੇ ਕੋਲ ਹੀ ਰਹਿ ਪਾ, ਹੈ ਦੱਸ ਹੋਰ, ਸਾਡੇ ਕੋਲ ਹੀ ਰਹਿ ਪਾ ਤੂੰ ਪੁੱਤ, ਕੁਛ ਨਹੀਂ ਹੁੰਦਾ, ਤੂੰ ਸਾਡੇ ਕੋਲ ਹੀ ਰਹਿ ਪਾ। ਦਾਦੀ ਨੂੰ ਨਹੀਂ ਛੱਡ ਸਕਦਾ ਜੀ, ਦੇਖ ਲਓ ਫਿਰ ਦਾਦੀ ਨੂੰ ਛੱਡ ਕੇ ਕਾਹਤੋਂ ਆਇਆ ਜੀ ਤੂੰ, ਸ਼ਕਤੀਮਾਨ ਬਣ ਗਿਆ ਪੀ ਕੇ, ਬੱਤਾ ਸ਼ਕਤੀਮਾਨ ਬਣ ਗਿਆ ਸੰਗਤ ਜੀ, ਇਹ ਬੱਤਾ ਪੀ ਕੇ ਲਾਪਤਾ ਹੋ ਗਿਆ, ਦਾਦੀ ਲੱਭਦੀ ਰਹੀ। ਮੈਨੂੰ ਨਾ ਜੀ ਹੁਣੇ ਨੇ 2 ਮਿੰਟ ਪਹਿਲਾਂ ਇਹ ਗੱਲ ਕਹੀ, ਕਹਿੰਦਾ ਬਾਬਾ ਜੀ ਤੁਹਾਨੂੰ ਗੱਲ ਦੱਸਣੀ ਹੈ, ਕਹਿੰਦਾ ਫੁੱਲਾਂ ਫੋਟੋ ਖਿੱਚ ਲਓ, ਪਹਿਲਾਂ ਫੋਟੋ ਖਿੱਚ ਰਹੇ ਤੇ, ਕਹਿੰਦਾ ਤੁਹਾਨੂੰ ਗੱਲ ਦੱਸਣੀ ਹੈ ਮੈਂ ਕੀ, ਕਹਿੰਦਾ ਤੁਹਾਨੂੰ ਮਿਲ ਕੇ ਪਿਆਰ ਹੋ ਗਿਆ, ਕਹਿੰਦਾ ਤੁਸੀਂ ਮੈਨੂੰ ਵਧੀਆ ਲੱਗੇ, ਤੂੰ ਸਾਨੂੰ ਵੀ ਬਹੁਤ ਵਧੀਆ ਲੱਗਿਆ, ਜਿਹੜਾ ਆਪ ਚੰਗਾ ਹੁੰਦਾ ਪੁੱਤ ਉਹਨੂੰ ਸਾਰੇ ਚੰਗੇ ਲੱਗਦੇ ਹੁੰਦੇ, ਤੂੰ ਆਪ ਚੰਗਾ, ਤੂੰ ਆਪ ਵਧੀਆ ਪਿਆਰ ਕਰਨ ਵਾਲਾ ਇਨਸਾਨ, ਜਿਹੜਾ ਨਫ਼ਰਤ ਕਰਨ ਵਾਲਾ ਉਹਨੂੰ ਸਾਰੇ ਨਫ਼ਰਤ ਵਾਲੇ ਲੱਗਣਗੇ ਜੀ, ਜਿਹੜਾ ਆਪ ਚੰਗਾ ਉਹਨੂੰ ਸਾਰੇ ਚੰਗੇ ਹੀ ਦਿਖਣੇ ਨੇ, ਇਸ ਕਰਕੇ ਬੱਚੇ ਨੂੰ ਅਸੀਂ ਚੰਗੇ ਲੱਗੇ। ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਵਾਹਿਗੁਰੂ, ਕੋਈ ਸਮਾਂ ਆਵੇ, ਕੋਈ ਦੁਖੀ ਨਾ ਹੋਵੇ ਅਤੇ ਕੋਈ ਲਾਪਤਾ ਨਾ ਹੋਵੇ, ਕੋਈ ਬਿਮਾਰ ਨਾ ਹੋਵੇ, ਕਿਸੇ ਨੂੰ ਕਿਸੇ ਦੀ ਲੋੜ ਨਾ ਮਹਾਰਾਜ ਪਾਵੇ, ਸਾਰੇ ਸੁਖੀ ਵਸਣ ਜੀ। ਠੀਕ ਹੈ ਪੁੱਤ, ਮੈਂ ਸੌ ਜਾ ਹੁਣ, ਪੰਜ ਰੋਟੇ ਰੱਖੀ, ਇੰਨੇ ਪੈਸੇ ਲੱਗੇ ਹੀ ਨੇ, ਉਹ ਦੇ ਪੈਸੇ ਕੱਢੇ ਸਾਰੇ ਕੰਜਰਾ।
ਚਰਨਾਂ ਚ ਬੇਨਤੀ ਕਰਦੇ ਜਿਹੜੇ ਇੱਦਾਂ ਦੇ ਬੱਚੇ ਨੇ ਨਾ ਜੀ, ਉਹਨਾਂ ਦੇ ਬਾਹਾਂ ਤੇ ਜ਼ਰੂਰ ਐਡਰੈਸ ਲਿਖਾਓ ਵੀਰ, ਉਹਨਾਂ ਦੱਸੋ ਵੀ ਪਹਿਲਾਂ ਵੀ ਲਾਪਤਾ ਹੋ ਗਿਆ ਸੀ, ਤਾਂ ਜੋ ਜੇ ਲਾਪਤਾ ਹੋਣ ਤਾਂ ਕੋਈ ਨਾ ਕੋਈ ਉਹਨਾਂ ਨੂੰ ਘਰੇ ਜਿਹੜਾ ਮੋੜ ਕੇ ਜਾਵੇ। ਇਹ ਤੁਸੀਂ ਜ਼ਰੂਰ ਸਾਰੇ ਭੈਣ ਭਰਾਵਾਂ ਨੇ ਧਿਆਨ ਰੱਖਣਾ ਜੀ, ਬਾਹਾਂ ਦੇ ਉੱਪਰ ਜ਼ਰੂਰ ਨਾਮ ਪਤਾ ਫੋਨ ਨੰਬਰ ਜ਼ਰੂਰ ਲਿਖਾਓ ਜੀ ਪੁੱਤ। ਹਾਂਜੀ ਵੀਡੀਓ ਪਾਈ ਆ। ਅੱਛਾ ਜੀ। ਫਿਰ ਭਾਵੇਂ ਨਹੀਂ ਦੇ ਸਕਦੇ ਪੈਸੇ, 5,000 ਨਾਮ ਰੱਖਤਾ, 5 ਪੈਸੇ ਲਾ ਤੇ ਨਾ ਕੋਈ ਦੇ ਜੂਗਾ। ਹਾਂਜੀ ਛੱਡ ਜੂਗਾ, ਫਿਰ ਜਿੱਥੇ ਵੀ ਹੈਗਾ ਕਿ ਵੇਖਿਆ ਹੋਵੇ ਤੁਰਿਆ ਜਾਂਦਾ ਆਉਂਦਾ ਜਾਂਦਾ। ਇਹ ਬੱਚਾ ਦੇਖੋ ਗਰੀਬ ਪਰਿਵਾਰ ਨੇ, ਬੇਬੇ ਜੀ ਕਹਿੰਦੀ ਵੀ ਇੰਨੇ ਪੈਸੇ ਲੱਗ ਗਏ ਉਰੇ ਆਉਣ ਲਈ, ਵੀ ਤੈਨੂੰ ਲੈਣ ਆਇਆ ਵੀ ਤੂੰ ਹੁਣ ਨਾ, ਹੈ ਨਾ, ਮਤਲਬ 1,000 ਰੁਪਇਆ ਲੱਗਿਆ। ਦੇਖੋ 1,000 ਕਿੱਡੀ ਵੱਡੀ ਜਿਹੜੀ ਅਮਾਊਂਟ ਆ, ਕਿਉਂਕਿ ਗਰੀਬੀ ਹੁੰਦੀ ਆ ਘਰ 'ਚ। ਬੇਬੇ ਜੀ ਉਹਨਾਂ ਨੇ ਫਿਰ ਵੀ ਆਪਣੇ ਪੁੱਤ ਲਈ 5,000 ਰੁਪਇਆ ਨਾਮ ਰੱਖ ਨਿਆਮ ਰੱਖਿਆ ਸੀ ਵੀ ਕੋਈ ਦੇ ਜੂਗਾ ਲਾਲਚ ਲਈ, ਪਰ ਗੁਰੂ ਸਾਹਿਬ ਕਿਰਪਾ ਕਰਨਗੇ, ਮਹਾਰਾਜ ਨੇ, ਸੱਚੇ ਪਾਤਸ਼ਾਹ ਵਾਹਿਗੁਰੂ ਨੇ। ਕਿਵੇਂ ਆ, ਸੁਣਾ ਦੇ ਕੋਈ ਗੱਲ ਹੋਰ ਸੁਣਾ। ਸਾਨੂੰ ਤਾਂ ਤੇਰੇ ਨਾਲ ਪਿਆਰ ਨਹੀਂ ਹੋਇਆ ਯਾਰ, ਤੈਨੂੰ ਹੋ ਗਿਆ। ਹੋਰ ਕੋਈ ਗੱਲ ਦੱਸਣੀ ਹੋਵੇ ਦੱਸ ਦੇ, ਮੈਂ ਵੇਟ ਕਰ ਰਿਹਾ ਤੇਰੀ। ਫਿਰ ਮੇਰਾ ਫੋਨ ਕੀਤਾ ਸੀ ਤੁਹਾਡੇ, ਕੋਈ ਰੱਬ ਦੇ ਘਰ ਦੀ, ਰੱਬ ਦੀ ਉੱਪਰ ਦੀ ਗੱਲ ਸੁਣਾ ਦੇ ਕੋਈ। ਬੁੱਲੇ ਸ਼ਾਹ ਨਾ ਮਿਲਦਾ ਰੱਬ, ਨਾਤਿਆ ਧੋਤਿਆ ਨਾ ਮਿਲਦਾ ਰੱਬ, ਜੰਗਲ ਗਿਆ ਨਾ ਮਿਲਦਾ ਰੱਬ, ਮੜੀ ਮਥਾਣੀ ਨਾ ਮਿਲਦਾ ਰੱਬ, ਡੱਡੀਆਂ ਮੱਛੀਆਂ ਨਾ ਮਿਲਦਾ ਰੱਬ, ਚਮਚ ਟਿੱਕਾ ਨਾ ਮਿਲਦਾ ਰੱਬ, ਮੰਤਰ ਮਚਿੱਤਾ ਰੱਬ, ਉਹਨਾਂ ਨੂੰ ਮਿਲਦਾ ਨੀਤਾ ਜਿਨ੍ਹਾਂ ਦੀਆਂ ਸੱਚੀਆਂ। ਤੁਹਾਡੀ ਵਾਕਈ ਗੱਲ ਕਿੱਡੀ ਕਹੀ ਆ ਬੱਚੇ ਨੇ, ਨੀਤਾਂ ਤੇਰੀਆਂ ਸੱਚੀਆਂ ਨੇ, ਤੇਰੀਆਂ ਹੈਂ, ਤੇਰੀਆਂ ਨੀਤਾਂ ਸੱਚੀਆਂ ਨੇ। ਦੱਸ ਪਹਿਲਾਂ ਤੇਰੀ ਨੀਤ ਸੱਚੀ ਆ, ਫਿਰ ਤੂੰ ਦੇਖ ਲਾ ਬੇਬੇ ਨੂੰ ਛੱਡ ਕੇ ਆ ਗਿਆ। ਇਹ ਨੇ ਨੀਤਾਂ ਸੱਚੀਆਂ ਵਾਲੀਆਂ ਰੂਹਾਂ, ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਚੜ੍ਹਦੀ ਕਲਾ 'ਚ ਰੱਖਣਾ ਪੁੱਤ, ਬਹੁਤ ਸਾਰਾ ਪਿਆਰ। ਨੀਤਾਂ ਬਿਲਕੁਲ ਜਿਹੜਾ ਸੱਚੀਆਂ ਨੇ ਉਹਨਾਂ ਨੂੰ ਇਹ ਪਰਮਾਤਮਾ ਮਿਲਣਾ, ਜਿਹਨਾਂ ਦੀਆਂ ਨਹੀਂ ਸੱਚੀਆਂ ਉਹ ਪਿੱਛੇ ਹੀ ਰਹਿ ਜਾਣਗੇ, ਹੈ ਨਾ। ਹੋਰ ਕੋਈ ਗੱਲ ਉੱਪਰਲੀ ਹੋਰ ਸੁਣਾ ਦੇ ਕੋਈ, ਪਾਣੀਆਂ ਦੇ ਜਿਹਨੂੰ ਪਾਣੀ ਖਾਣਾ ਸੁਣਾਉਣਾ, ਸੁਣਾ ਦੇ ਦਾਰੇ। ਅੱਛਾ ਬੁੱਤੇ ਆ ਬੀਬੀ, ਤੇ ਸੁਣਾ ਦੇ ਪੱਥਰਾਂ ਤੋਂ ਤਾਂ ਦਾਰੇ, ਇਹ ਸਭ ਤੋਂ ਦਾਰੇ ਕੋਈ ਨਹੀਂ। ਜਿੱਦੇ ਪੱਥਰਾਂ ਤੋਂ ਪਾਣੀ ਵੀ ਉਤਾਰਤਾ, ਤੈਨੂੰ ਕਿਉਂ ਨਾ ਤਾਰੂ ਬੰਦੇ ਆ। ਠੀਕ ਆ, ਤਾਰੂਗਾ ਬੰਦ, ਪਰਮਾਤਮਾ ਤਾਰੂਗਾ। ਠੀਕ ਆ ਸੰਗਤ ਜੀ, ਠੀਕ ਆ ਅਜੇਪਾਲ ਜੀ, ਅੱਜ ਸਾਡੀ ਇਹ ਜਿਹੜੀ ਖਤਮ ਹੁੰਦੀ ਆ ਦੌੜ ਮਿਲਾਪ ਦੀ, ਅੱਜ ਠੀਕ ਆ ਤੁਹਾਡਾ ਇੱਕ ਨਵਾਂ ਇੱਕ ਤੁਹਾਡਾ ਪਰਿਵਾਰ ਆ, ਪਰ ਸਾਡੇ ਨਾਲ ਇੱਕ ਪਰਿਵਾਰਕ ਜਿਹੜਾ ਰਿਸ਼ਤਾ ਬਣਦਾ ਉਹ ਅੱਜ ਤੋਂ ਉਹ ਖਤਮ ਹੋ ਜਾਂਦਾ ਜੀ। ਠੀਕ ਆ ਸਾਨੂੰ ਬੰਦਾ ਮਿਲਦਾ ਵੀ ਆ, ਕਦੇ ਉਰੇ ਆਉਂਦਾ ਵੀ ਆ, ਪਰ ਕਿਤੇ ਨਾ ਕਿਤੇ ਖੁਸ਼ੀ ਵੀ ਬਹੁਤ ਹੁੰਦੀ ਆ, ਦੁੱਖ ਵੀ ਬਹੁਤ ਹੁੰਦਾ। ਜਦੋਂ ਕੋਈ ਬੰਦਾ ਸਾਡੇ ਕੋਲ 2 ਦਿਨ ਵੀ ਰਹਿ ਜਾਂਦਾ ਉਹਦਾ ਵੀ ਕਿਤੇ ਨਾ ਕਿਤੇ ਸਾਡੇ ਅਸੀਂ ਯਾਦ ਕਰਦੇ ਰਹਿੰਦੇ ਹਾਂ ਗੱਲਾਂ 'ਚ ਵੀ, ਫਲਾਣਾ ਬੱਚਾ ਵੀ ਆਪਣੇ ਕੋਲ ਆਇਆ ਸੀ, ਫਲਾਣਾ ਵੀ ਆਇਆ ਸੀ। ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਨਾ ਐਡਰੈਸ ਜ਼ਰੂਰ ਲਿਖਾ ਦਿਓ ਬਾਂਹ 'ਤੇ ਜੀ। ਉਹ ਠੀਕ ਆ, ਠੀਕ ਆ, ਦੇਖੋ ਕਿੰਨੀ ਖੁਸ਼ੀ ਆ ਗਈ ਚਿਹਰੇ 'ਤੇ, ਬਹੁਤ ਪਿਆਰਾ ਹੈ ਨਾ ਯਾਰ ਬੱਚਾ, ਹੈ ਨਾ, ਬਹੁਤ ਪਿਆਰਾ, ਇਹ ਗੱਲ ਮੰਨਣੀ ਪਊ।
ਤੂੰ ਸਾਡੇ ਕੋਲ ਹੀ ਰਹਿ ਪਾ, ਕੀ ਕਰੇਗਾ ਬੇਬੇ ਕੋਲੇ, ਫਿਰ ਵਗ ਜਾਈਆਂ ਅਗਲੀ ਵਾਰੀ ਹੈ। ਲੈ ਬਾਬਾ ਜੀ ਤੂੰ ਰਹਿ ਪਾ, ਗੱਲ ਸਮਝ, ਛੱਡੋ ਜੀ ਇਹਨੂੰ, ਤੁਸੀਂ ਸਾਡੇ ਬੱਚੇ ਨੂੰ ਫੜਾਓ ਰਹੇ ਹੈ। ਉਰੇ ਆਪਾਂ ਨਾਲੇ ਸਿਮਰਨ ਕਰਾ ਦਿਆ ਕਰੀ, ਸਾਰਿਆਂ ਨੂੰ ਪਾਠ ਕਰਾ ਦਿਆ ਕਰੀ, ਤੂੰ ਉਰੀ ਰਹਿ ਪਾ, ਸੇਵਾ ਬਹੁਤ ਵੱਡੀ ਆਪਣੀ। ਲੈ ਬਾਬਾ ਜੀ ਲੈ ਬਾਬਾ ਜੀ ਉਰੇ ਪਾਠ ਕਰਾ ਦਿਆ ਕਰੀ। ਲੈ ਬਾਬਾ ਜੀ ਤੂੰ ਆਇਆ ਕਾਹਤੋਂ ਦੀਗਾ ਬਾਬਾ ਜੀ? ਲੈ ਮਿਲਣਾ ਤੁਹਾਨੂੰ, ਬਹੁਤ ਦਿਮਾਗ ਤੇਜ ਆ, ਬਹੁਤ ਦਿਮਾਗ ਤੇਜ ਆ। ਮੇਰਾ ਨਾਮ ਹੈਗਾ ਸਤਪਾਲ ਸਿੰਘ ਬਾਬਾ ਜੀ, ਪਰ ਤੁਹਾਡਾ ਨਹੀਂ ਤਾਂ ਮੈਂ ਨਾ ਲਾ ਸਕਦਾ, ਕਿਉਂ ਛੋਟਾ ਤੁਹਾਡੇ ਤੋਂ ਮੈਂ ਬਹੁਤ ਛੋਟਾ ਵਾਂ ਜੀ। ਅੱਛਾ, ਮੇਰਾ ਤਾਂ ਨਹੀਂ ਨਾਮ ਲੈਂਦਾ ਤੁਹਾਡਾ ਬੱਚਿਆਂ ਬਾਬਾ ਜੀ, ਮੈਂ ਏਦਾਂ ਕਿੱਦਾਂ? ਮੇਰਾ ਨਾਮ ਹੈਗਾ ਸਤਪਾਲ ਸਿੰਘ। ਹਾਂਜੀ, ਤੁਹਾਡਾ ਨਾਮ ਕੀ ਆ? ਮੇਰਾ ਨਾਮ, ਮਾਈ ਨੇਮ ਇਸ ਅਜੇਪਾਲ। ਰੰਗੀਲਾ ਬੱਚਾ ਬਹੁਤ। ਮਾਈ ਨੇਮ ਇਸ ਸਤਪਾਲ ਸਿੰਘ। ਹਾਂਜੀ ਠੀਕ ਹੈ। ਕਹਿੰਦਾ ਮੈਂ ਤੁਹਾਡਾ ਨਾਮ ਨਹੀਂ ਲੈ ਸਕਦਾ, ਮੈਂ ਤੁਹਾਡੇ ਤੋਂ ਛੋਟਾ। ਕਹਿੰਦਾ ਠੀਕ ਹੈ ਪੁੱਤ, ਚੰਗਾ ਪੁੱਤ, ਤੈਨੂੰ ਅਸੀਂ ਯਾਦ ਕਰਿਆ ਕਰਾਂਗੇ ਬਾਈ, ਲਵ ਯੂ ਬੇਟਾ, ਬਹੁਤ ਸਾਰਾ ਪਿਆਰ, ਮਹਾਰਾਜ ਤੈਨੂੰ ਚੜ੍ਹਦੀ ਕਲਾ 'ਚ ਰੱਖਣ। ਨਹੀਂ ਨਹੀਂ ਕੋਈ ਨਾ ਪੁੱਤ, ਨਾ ਮੇਰੇ, ਬਹੁਤ ਪਿਆਰਾ ਬੱਚਾ, ਮੈਂ ਇਹਨੂੰ ਕੱਲ੍ਹ ਪਰਸੋਂ ਵੀ ਬਹੁਤ ਪਿਆਰ ਕੀਤਾ ਅੰਦਰ, ਬਹੁਤ ਪਿਆਰਾ ਬੱਚਾ, ਬਹੁਤ ਪਿਆਰ। ਥੋੜ੍ਹੇ ਦਿਨ ਰੁਕਿਆ ਆਪਣੇ ਕੋਲ, ਕਿੰਨੇ ਕੁ ਦਿਨ ਹੋਏ ਨੇ ਪਹਿਲਾਂ ਉੱਦਣ ਆਏ ਨੂੰ? 10 ਕੁ ਦਿਨ, 13 ਦਿਨ ਗਿਣੀ ਬੈਠਾ ਜੀ, ਗਿਣੀ ਬੈਠਾ ਮਿਲਿਆ 13 ਦਿਨ 'ਚ, ਮੈਂ 4-5 ਕੁ ਵਾਰੀ ਉਹ ਮਿਲਿਆ ਇਹਨੂੰ, ਕੁਛ ਸਮਾਗਮ ਕਰਕੇ ਅਸੀਂ ਇੱਧਰ ਉੱਧਰ ਹੀ ਇੱਧਰੋਂ ਹੀ ਨਿਕਲ ਜਾਣਾ ਜੀ, ਅਤੇ 4-5 ਵਾਰੀ ਮਿਲਿਆ ਜੀ। ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਪੁੱਤ।